ਰੇਟਾਂ ਮਹਿੰਗੀ ਹੋ ਗਈ, ਸਬਜ਼ੀ ਮਹਿੰਗੀ ਹੋ ਗਈ, ਟਮਾਟਰ ਮਹਿੰਗੇ ਹੋ ਗਏ। ਟਮਾਟਰ ਕਿਆ ਰੇਟ ਵਿਕ ਰਹੇ ਹੈ ਹੁਣ? 50 ਰੁਪਏ ਕਿਲੋ। ਅਤੇ ਪਿਆਜ਼? 40 ਰੁਪਏ। ਫਿਰ ਹੋਰ ਸਬਜ਼ੀ ਤੋਂ ਬਗੈਰ ਹੋਰ ਕੀ ਖਾ ਰਿਹਾ ਫਿਰ ਹੁਣ? ਹੈਂ, ਸਬਜ਼ੀ ਤਾਂ ਮਹਿੰਗੀ ਹੋ ਗਈ, ਫਿਰ ਹੁਣ ਕੀ ਖਾਓਗੇ ਹੋਰ? ਸਬਜ਼ੀ ਖਾਵਾਂਗੇ, ਹੋਰ ਕੀ ਖਾਵਾਂਗੇ? ਕੋਈ ਦਾਲਾਂ ਵਗੈਰਾ? ਦਾਲਾਂ ਨਹੀਂ ਆ, ਦਾਲਾਂ ਦੂਲਾਂ ਨਹੀਂ ਖਾਂਦੇ। ਕੀ ਕੰਮ ਕਰਦੇ ਸਰ? ਸਬਜ਼ੀ ਵਾਲਾ ਭਾਜੀ। ਕਿੱਥੇ? ਸਬਜ਼ੀ ਮੰਡੀ ਜੀ, ਰਾਜਪੁਰਾ। ਸਰ ਜੀ, ਇਹ ਟਮਾਟਰ ਦਾ ਰੇਟ ਕੀ ਹੋਇਆ ਪਿਆ? ਟਮਾਟਰ 50 ਰੁਪਏ ਜੀ, 40-45। ਹੋਰ ਕਿਹੜੀ ਕਿਹੜੀ ਸਬਜ਼ੀ ਦੇ ਰੇਟ ਹੈਗੇ ਆ ਤੁਹਾਡੇ ਕੋਲ, ਕੀ ਵੇਚ ਰਹੇ ਹੋ? ਬਸ ਸਬਜ਼ੀ ਸ਼ਿਮਲਾ ਹੈਗੀ ਜੀ, 60 ਰੁਪਏ ਕਿਲੋ ਸ਼ਿਮਲਾ ਹੈਗੀ, 50 ਰੁਪਏ ਕਿਲੋ ਖੀਰਾ ਹੈਗਾ ਜੀ, 30 ਰੁਪਏ ਕਿਲੋ ਕਰੇਲਾ। ਅਤੇ ਪਿਆਜ਼? ਪਿਆਜ਼ ਹੈਗਾ ਜੀ 40 ਰੁਪਏ। ਸਰ ਜੀ, ਬਰਸਾਤਾਂ ਦੇ ਕਾਰਨ ਕੋਈ ਫਰਕ ਪਿਆ ਹੈਗਾ ਸਬਜ਼ੀਆਂ ਦੇ ਰੇਟਾਂ? ਬਹੁਤ ਫਰਕ ਪੈ ਗਿਆ ਜੀ। ਕਿੰਨਾ ਕੁ ਫਰਕ ਪੈ ਗਿਆ ਸਰ? ਗਰਮੀ ਦੇ ਫੂਕ ਦੇ, ਹੁਣ ਬਰਸਾਤਾਂ ਆ ਗਈ ਜੀ। ਹੁਣ ਅੱਗੇ ਨੂੰ ਵੀ ਰੇਟ ਵਧਣ ਦੀ ਉਮੀਦ ਹੈ? ਉਮੀਦ ਹੈ ਜੀ। ਅਤੇ ਫਿਲਹਾਲ ਟਮਾਟਰ ਕਿਆ ਰੇਟ ਚੱਲ ਰਿਹਾ? ਟਮਾਟਰ 50 ਰੁਪਏ ਜੀ। ਅਤੇ ਪਿਆਜ਼? ਪਿਆਜ਼ 36-37 ਰੁਪਏ ਕਿਲੋ ਬੰਦ ਹੈ ਜੀ, 40 ਰੁਪਏ ਖੁੱਲ੍ਹਾ ਵਿੱਚ ਜੀ। ਅੱਜ ਮੰਡੀ 'ਚ ਸਬਜ਼ੀ ਖਰੀਦਣਾ ਹੈ ਕਿ ਕੀ ਕਹਿਣਾ ਤੁਹਾਡਾ? ਕਿੰਨੀਆਂ ਕੁ ਮਹਿੰਗੀਆਂ ਹੋ ਗਈਆਂ ਸਬਜ਼ੀਆਂ? 60-65 ਰੁਪਏ ਕਿਲੋ। ਅਤੇ ਜਿਹੜੇ ਆਮ ਬੰਦਾ ਹੈ, ਆਮ ਬੰਦੇ ਦੇ ਪਹੁੰਚ ਤੋਂ ਬਾਹਰ ਹੋ ਗਈ ਸਬਜ਼ੀ? ਸਬਜ਼ੀ ਆਮ ਬੰਦੇ ਦੇ ਪਹੁੰਚ ਤੋਂ ਬਾਹਰ, ਤਾਂ ਰੋਜ਼ 4-5 ਖਾਣੇ, ਮਜ਼ਦੂਰੀ ਕਰਕੇ ਖਾਣੇ ਪੈਂਦੇ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਸਰਕਾਰ ਦੇ ਹੱਥੇ ਪੈ ਨਹੀਂ, ਅਤੇ ਫਸਲ ਤਾਂ ਉਗਾਈ ਦੇ ਹੱਥੇ ਚੁਣਦੇ। ਇਹ ਬਰਸਾਤਾਂ ਕਾਰਨ ਵਧਿਆ ਰੇਟ? ਬਰਸਾਤ ਕਰਕੇ ਹੋ ਗਿਆ, ਸਾਡੇ ਧੁੱਪਾਂ ਪਈਆਂ, ਬੇਲਾਂ ਸੜ ਗਈਆਂ, ਬੇਲਾਂ ਸੜਨ ਦੇ ਨਾਲ ਰੇਟਾਂ ਮਹਿੰਗੀ ਹੋ ਗਈ, ਸਬਜ਼ੀ ਮਹਿੰਗੀ ਹੋ ਗਈ, ਟਮਾਟਰ ਮਹਿੰਗੇ ਹੋ ਗਏ। ਟਮਾਟਰ ਕਿਆ ਰੇਟ ਵਿਕ ਰਹੇ ਹੈ ਹੁਣ? 50 ਰੁਪਏ ਕਿਲੋ। ਅਤੇ ਪਿਆਜ਼? 40 ਰੁਪਏ। ਫਿਰ ਹੋਰ ਸਬਜ਼ੀ ਤੋਂ ਬਗੈਰ ਹੋਰ ਕੀ ਖਾ ਰਿਹਾ ਫਿਰ ਹੁਣ? ਹੈਂ, ਸਬਜ਼ੀ ਤਾਂ ਮਹਿੰਗੀ ਹੋ ਗਈ, ਫਿਰ ਹੁਣ ਕੀ ਖਾਓਗੇ ਹੋਰ? ਸਬਜ਼ੀ ਖਾਵਾਂਗੇ, ਹੋਰ ਕੀ ਖਾਵਾਂਗੇ? ਕੋਈ ਦਾਲਾਂ ਵਗੈਰਾ? ਦਾਲਾਂ ਨਹੀਂ ਆ, ਦਾਲਾਂ ਦੂਲਾਂ ਨਹੀਂ ਖਾਂਦੇ। ਕੀ ਕੰਮ ਕਰਦੇ ਸਰ? ਸਬਜ਼ੀ ਵਾਲਾ ਭਾਜੀ। ਕਿੱਥੇ? ਸਬਜ਼ੀ ਮੰਡੀ ਜੀ, ਰਾਜਪੁਰਾ। ਸਰ ਜੀ, ਇਹ ਟਮਾਟਰ ਦਾ ਰੇਟ ਕੀ ਹੋਇਆ ਪਿਆ? ਟਮਾਟਰ 50 ਰੁਪਏ ਜੀ, 40-45। ਹੋਰ ਕਿਹੜੀ ਕਿਹੜੀ ਸਬਜ਼ੀ ਦੇ ਰੇਟ ਹੈਗੇ ਆ ਤੁਹਾਡੇ ਕੋਲ, ਕੀ ਵੇਚ ਰਹੇ ਹੋ? ਬਸ ਸਬਜ਼ੀ ਸ਼ਿਮਲਾ ਹੈਗੀ ਜੀ, 60 ਰੁਪਏ ਕਿਲੋ ਸ਼ਿਮਲਾ ਹੈਗੀ, 50 ਰੁਪਏ ਕਿਲੋ ਖੀਰਾ ਹੈਗਾ ਜੀ, 30 ਰੁਪਏ ਕਿਲੋ ਕਰੇਲਾ। ਅਤੇ ਪਿਆਜ਼? ਪਿਆਜ਼ ਹੈਗਾ ਜੀ 40 ਰੁਪਏ। ਸਰ ਜੀ, ਬਰਸਾਤਾਂ ਦੇ ਕਾਰਨ ਕੋਈ ਫਰਕ ਪਿਆ ਹੈਗਾ ਸਬਜ਼ੀਆਂ ਦੇ ਰੇਟਾਂ? ਬਹੁਤ ਫਰਕ ਪੈ ਗਿਆ ਜੀ। ਕਿੰਨਾ ਕੁ ਫਰਕ ਪੈ ਗਿਆ ਸਰ? ਗਰਮੀ ਦੇ ਫੂਕ ਦੇ, ਹੁਣ ਬਰਸਾਤਾਂ ਆ ਗਈ ਜੀ। ਹੁਣ ਅੱਗੇ ਨੂੰ ਵੀ ਰੇਟ ਵਧਣ ਦੀ ਉਮੀਦ ਹੈ? ਉਮੀਦ ਹੈ ਜੀ। ਅਤੇ ਫਿਲਹਾਲ ਟਮਾਟਰ ਕਿਆ ਰੇਟ ਚੱਲ ਰਿਹਾ? ਟਮਾਟਰ 50 ਰੁਪਏ ਜੀ। ਅਤੇ ਪਿਆਜ਼? ਪਿਆਜ਼ 36-37 ਰੁਪਏ ਕਿਲੋ ਬੰਦ ਹੈ ਜੀ, 40 ਰੁਪਏ ਖੁੱਲ੍ਹਾ ਵਿੱਚ ਜੀ। ਅੱਜ ਮੰਡੀ 'ਚੋਂ ਸਬਜ਼ੀ ਖਰੀਦਣਾ ਹੈ ਕਿ ਕਹਿਣਾ ਤੁਹਾਡਾ? ਕਿੰਨੀਆਂ ਕੁ ਮਹਿੰਗੀਆਂ ਹੋ ਗਈਆਂ ਸਬਜ਼ੀਆਂ? 60-45 ਰੁਪਏ ਕਿਲੋ। ਅਤੇ ਜਿਹੜੇ ਆਮ ਬੰਦਾ ਹੈ, ਆਮ ਬੰਦੇ ਦੇ ਪਹੁੰਚ ਤੋਂ ਬਾਹਰ ਹੋ ਗਈ ਸਬਜ਼ੀ? ਸਬਜ਼ੀ ਆਮ ਬੰਦੇ ਦੇ ਪਹੁੰਚ ਤੋਂ ਬਾਹਰ, ਤਾਂ ਰੋਜ਼ 4-5 ਖਾਣੇ, ਮਜ਼ਦੂਰੀ ਕਰਕੇ ਖਾਣੇ ਪੈਂਦੇ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਸਰਕਾਰ ਦੇ ਹੱਥੇ ਪੈ ਨਹੀਂ, ਅਤੇ ਫਸਲ ਤਾਂ ਉਗਾਈ ਦੇ ਹੱਥੇ ਚੁਣਦੇ। ਇਹ ਬਰਸਾਤਾਂ ਕਾਰਨ ਵਧਿਆ ਰੇਟ? ਬਰਸਾਤ ਕਰਕੇ ਹੋ ਗਿਆ, ਸਾਡੇ ਧੁੱਪਾਂ ਪਈਆਂ, ਬੇਲਾਂ ਸੜ ਗਈਆਂ, ਬੇਲਾਂ ਸੜਨ ਦੇ ਨਾਲ।